ਸਾਂਝਾ ਪੰਜਾਬ ਟੀਵੀ ਦੇ ਪ੍ਰੋਗਰਾਮ ਆਹਮਣੇ ਸਾਹਮਣੇ 'ਚ ਹਰਜੀਤ ਗਿੱਲ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਤਰਨ ਤਾਰਨ ਆਪਣੀ ਟੀਮ ਦੇ ਨਾਲ, ਅਤੇ ਸਾਡੇ ਨਾਲ ਨੇ ਤਰਨ ਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ, ਤੁਹਾਡੇ ਜਾਣੇ ਪਹਿਚਾਣੇ ਅਤੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਪਹਿਲਵਾਨ ਕਰਤਾਰ ਸਿੰਘ। ਬਹੁਤ ਇੱਕ ਸਖਤ ਮਹੱਤਵਪੂਰਨ ਇੱਥੇ ਮੁਕਾਬਲਾ, ਸੋ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪਹਿਲਵਾਨ ਕਰਤਾਰ ਸਿੰਘ ਜੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਸਰਦਾਰ ਕਰਤਾਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡੇ ਜਿਹੜੇ ਦਰਸ਼ਕ ਯੂਰਪ 'ਚ ਅਤੇ ਨੌਰਥ ਅਮੈਰੀਕਾ 'ਚ ਤੁਹਾਨੂੰ ਵੇਖ ਰਹੇ ਨੇ, ਤੁਹਾਡਾ ਅਸੀਂ ਕਰਦੇ ਹਾਂ ਸਵਾਗਤ। ਸੰਗਤ ਟੀਵੀ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਪਤਾ ਆ ਜੀ ਤੁਸੀਂ ਮੇਰੇ ਨਾਲ ਇੰਨਾ ਪਿਆਰ ਕਰਦੇ ਹੋ, ਪਹਿਲਾਂ ਪਹਿਲਵਾਨ ਦੇ ਨਾਤੇ 'ਤੇ ਪਿਆਰ ਕਰਦੇ ਸੀ, ਹੁਣ ਵੀ ਮੈਨੂੰ ਉਮੀਦ ਹੈ ਕਿ ਪਹਿਲਾਂ ਤੁਸੀਂ ਪਹਿਲਵਾਨ ਹੀ ਰੱਖਣਾ ਆ, ਉਹ ਹੀ ਮੈਨੂੰ ਚਾਹੀਦਾ ਆ। ਅਤੇ ਜੋ ਤੁਸੀਂ ਆਪਣਾ MLA ਬਣਾਉਣਾ ਆ ਜਾਂ ਮੰਤਰੀ ਬਣਾਉਣਾ ਆ, ਉਹ ਤੁਹਾਡੀਆਂ ਇੱਛਾਵਾਂ ਆ, ਸਾਡੇ ਨਾਲ ਹਮੇਸ਼ਾ ਰਹਿੰਦੀਆਂ ਆ। ਅਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜੋ ਤੁਸੀਂ ਇੱਥੇ ਤੁਹਾਡੀ ਚਾਹ 'ਤੇ, ਜਿਹੜੇ ਬਾਹਰ ਬੈਠੇ ਸਾਡੇ ਪ੍ਰਵਾਸੀ ਵੀਰ, ਸਾਡੇ ਯੂਥ ਬੈਠਾ ਆ, ਉਹਨਾਂ ਨੇ ਦਿਖਾਤਾ ਕਿ ਪੰਜਾਬ ਨੂੰ ਕਿੱਦਾਂ ਤੁਹਾਡੇ ਦੁੱਖ ਆ, ਕਿਉਂਕਿ ਪੰਜਾਬ ਦਾ ਨੁਕਸਾਨ ਬਹੁਤ ਹੋ ਚੁੱਕਾ ਆ, ਉਹਦੇ ਵਾਸਤੇ ਤੁਸੀਂ ਹੰਭਲਾ ਮਾਰਨ ਰਹੇ ਹੋ, ਇਹਨੂੰ ਬਚਾਉਣ ਵਾਸਤੇ ਇੰਨੀ ਹੁਮੋ ਮਾਕਣਾ ਇੱਥੇ ਪਹੁੰਚੇ ਹੋ। ਜਿਹੜੇ ਨਹੀਂ ਵੀ ਆ ਸਕੇ ਉਹਨਾਂ ਦੀਆਂ ਸ਼ੁਭ ਇੱਛਾਵਾਂ ਸਾਡੇ ਨਾਲ ਆ, ਅਤੇ ਸਾਨੂੰ ਪੂਰੀ ਉਮੀਦ ਆ ਕਿ ਹੁਣ ਅਰਵਿੰਦ ਕੇਜਰੀਵਾਲ ਦੀ ਜੋ ਸੋਚ ਨੂੰ ਆਪਾਂ ਲੈ ਕੇ ਚੱਲੇ ਹਾਂ, ਆਪਾਂ ਕਾਮਯਾਬ ਹੋਵਾਂਗੇ। ਬਿਲਕੁਲ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੌਰਮੈਂਟ ਬਣ ਰਹੀ ਆ, ਅਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੀ ਜਿਹੜੀ ਸੋਚ ਆ ਉਹ ਰੰਗ ਲਿਆਊਗੀ। ਭਲਵਾਨ ਜੀ, ਕਿੱਦਾਂ ਦਾ ਹੰਗਾਰਾ ਮਿਲ ਰਿਹਾ? ਤੁਹਾਡੇ ਜਿਹੜੇ ਵਰਕਰ ਨੇ ਬਹੁਤ ਮਿਹਨਤ ਕਰ ਰਹੇ, ਅੱਜ ਅਸੀਂ ਦੇਖ ਰਹੇ ਹਾਂ ਸਵੇਰ ਤੋਂ ਹੀ ਬਹੁਤ ਮੀਂਹ ਵਰ ਰਿਹਾ, ਇਹਦੇ ਵਿੱਚ ਦੇ ਬਾਵਜੂਦ ਵੀ ਸਾਰੇ ਦੇ ਸਾਰੇ ਵਰਕਰ ਭਿੱਜੇ ਹੋਏ ਵੀ ਆ, ਤੁਹਾਡੇ ਨਾਲ ਨਾਲ ਚੱਲ ਰਹੇ ਆ। ਆਮ ਲੋਕਾਂ ਦਾ ਹੰਗਾਰਾ ਜਿਹੜਾ ਰੂਰਲ ਏਰੀਆ ਖਾਸ ਕਰਕੇ, ਮੈਨੂੰ ਪਤਾ ਸ਼ਹਿਰ ਦੀ ਸੰਗਤ ਸਾਰੀ ਤੁਹਾਡੇ ਨਾਲ ਆ, ਪਹਿਲਾਂ ਵੀ ਆਪਣੀ ਗੱਲ ਹੋਈ ਆ ਰੇਡੀਓ ਪ੍ਰੋਗਰਾਮ ਰਾਹੀਂ ਵੀ, ਪਰ ਜਿਹੜਾ ਪਿੰਡ ਨੇ ਕਿਤੇ ਕਿਤੇ ਲੱਗਦਾ ਕਾਂਗਰਸ ਦੀਆਂ ਝੰਡੀਆਂ ਵੀ ਨਜ਼ਰ ਆ ਰਹੀਆਂ ਨੇ, ਲੋਕ ਕਹਿ ਰਹੇ ਨੇ ਕਾਂਗਰਸ ਦੀ ਥੋੜ੍ਹੀ ਜਿਹੀ ਹਵਾ ਹੈ, ਤੁਹਾਨੂੰ ਕਿੱਦਾਂ ਨਜ਼ਰ ਆ ਰਿਹਾ? ਬਿਲਕੁਲ ਜੀ, ਇਹ ਜਿਹੜਾ ਤਰਨ ਤਾਰਨ ਜ਼ਿਲ੍ਹਾ ਆ ਬੜਾ ਦੱਬਿਆ ਹੋਇਆ ਸੀ, ਬੜਾ ਔਖਾ ਸੀ, ਕਿਉਂਕਿ ਇੱਥੇ ਜਿਹੜੇ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨਾਲ ਜ਼ੁਲਮ ਕੀਤੇ ਆ, ਇਹਨਾਂ ਨਾਲ ਮਤਲਬ ਇਹੋ ਜਿਹਾ ਇਹਨਾਂ ਦੇ ਕੇਸ ਬਣਾਏ ਆ, ਇਹੋ ਜਿਹਾ ਨੂੰ ਬੇਰੁਜ਼ਗਾਰੀ ਕਰ ਦਿੱਤਾ ਆ, ਇਹੋ ਜਿਹਾ ਨਸ਼ਿਆਂ 'ਚ ਗੁਲਤਾਨ ਕਰਤਾ ਆ ਕਿ ਇਹ ਲੋਕ ਦੱਬੇ ਹੋਏ ਸੀ, ਕਿਉਂਕਿ ਇਹ ਇਹਨਾਂ ਨੇ ਰਾਜ ਇੱਦਾਂ ਦਾ ਕੀਤਾ ਆ ਕਿ ਕਿਸੇ 'ਤੇ ਪਰਚਾ ਕਰਾ ਦਿੱਤਾ, ਕਿਸੇ 'ਤੇ ਛੁਡਾ ਦਿੱਤਾ। ਪਹਿਲਵਾਨ ਜੀ, ਲੋਕ ਕਹਿ ਰਹੇ ਆ ਕਿ ਮਾਝੇ ਦੇ ਵਿੱਚ ਉਹ ਰਿਸਪੋਂਸ ਜਿਹੜਾ ਆਮ ਆਦਮੀ ਪਾਰਟੀ ਨੂੰ ਨਹੀਂ ਮਿਲ ਰਿਹਾ, ਤੁਸੀਂ ਕਿਉਂਕਿ ਇੱਥੇ ਕਾਫੀ ਦਿਨਾਂ ਤੋਂ ਸ਼ੁਰੂ ਕੀਤੀ ਹੋਈ ਆ ਮੁਹਿੰਮ, ਤੁਸੀਂ ਜਰਾ ਖੁੱਲ੍ਹ ਕੇ ਦੱਸੋ ਸਾਡੇ ਉੱਥੋਂ ਵਾਲੇ ਦਰਸ਼ਕਾਂ ਨੂੰ ਵੀ ਮਾਝਾ ਪਿੱਛੇ ਹੈ ਅਤੇ ਕਿਉਂ ਹੈ ਕਿ ਲੋਕ ਜਿਹੜੇ ਸਾਇਲੈਂਟ ਨੇ ਤਾਂ ਸਾਹਮਣੇ ਨਹੀਂ ਆ ਰਹੇ, ਜਾਂ ਕੋਈ ਡਰਦੇ ਨੇ? ਕਿਉਂਕਿ ਪਹਿਲਾਂ ਉਡੀਕਿਆ ਜਾ ਰਿਹਾ ਸੀ ਕਿ ਜਾਬਤਾ ਇੱਕ ਵਾਰੀ ਲੱਗ ਲਏ ਲੋਕ ਬਾਹਰ ਨਿਕਲਣਗੇ, ਮਾਲਵੇ ਵਿੱਚ ਲੋਕ ਜਿਹੜੇ ਆ ਉਹ ਅਕਾਲੀਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਪਰ ਮਾਝੇ 'ਚ ਜਿਹੜਾ ਉਲਟੀ ਗੱਲ ਚੱਲ ਰਹੀ ਆ ਕਿ ਕਿਤੇ ਕਿਤੇ ਕਾਂਗਰਸ ਨੂੰ ਹੰਗਾਰਾ ਮਿਲਦਾ ਨਜ਼ਰ ਆ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਚੋਣ ਜਾਬਤੇ ਤੋਂ ਪਹਿਲਾਂ ਇੱਦਾਂ ਲੋਕ ਬਿਲਕੁਲ ਦੱਬੇ ਹੋਏ ਸੀ, ਕਹਿੰਦੇ ਚੋਣ ਜਾਬਤਾ ਲੱਗ ਲੈਣ ਦਿਓ, ਲੇਕਿਨ ਹੁਣ ਲੋਕ ਖੁੱਲ੍ਹ ਕੇ ਆਏ ਆ, ਹੁਣ ਇਹੋ ਜਿਹਾ ਮਾਹੌਲ ਬਣ ਗਿਆ ਆ, ਤੁਸੀਂ ਵੇਖਿਆ ਹੀ ਹੋਣਾ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਲੋਕ ਕਾਫਲੇ ਬਣ ਬਣ ਕੇ ਆ ਰਹੇ ਆ। ਖਾਸ ਕਰਕੇ ਤਰਨ ਤਾਰਨ ਜਿਹੜਾ ਹਲਕਾ ਜੀ, ਬਿਕਰਮਜੀਤ ਸਿੰਘ ਮਜੀਠੀਓ ਤੋਂ ਬਾਅਦ ਸਾਡੇ ਇੱਥੋਂ ਦੇ ਜਿਹੜੇ MLA ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਵਾ ਨਸ਼ੇ ਵੇਚਣ ਦਾ ਅਤੇ ਨਸ਼ੇ ਨੂੰ ਉਤਸ਼ਾਹ ਕਰਨ ਦਾ ਜਿਹੜਾ ਉਹ ਦੋਸ਼ ਲੱਗਦੇ ਆਏ ਆ, ਤੁਹਾਡਾ ਮੁਕਾਬਲਾ ਇੱਕ ਬੜੇ ਅਮੀਰ ਕੈਂਡੀਡੇਟ ਦੇ ਨਾਲ ਹੈ, ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਕਿ ਆਮ ਲੋਕਾਂ ਦੇ ਦਿਲ ਕਿਸ ਤਰ੍ਹਾਂ ਜਿੱਤ ਰਹੇ ਹੋ, ਜਾਂ ਪੈਸੇ ਦਾ ਜ਼ੋਰ ਇੱਥੇ ਚੱਲਣ ਦੀ ਕੋਈ ਸੰਭਾਵਨਾ ਤੁਹਾਨੂੰ ਨਜ਼ਰ ਆ ਰਹੀ ਹੈ? ਮੈਂ ਇੱਕ ਪਹਿਲਵਾਨ ਹਾਂ, ਪਹਿਲਾਂ ਵੀ ਲੋਕ ਮੈਨੂੰ ਪਿਆਰ ਕਰਦੇ ਆ, ਪਹਿਲਾਂ ਵੀ ਉਹਨਾਂ ਦੀਆਂ ਇੱਛਾਵਾਂ ਦੇ ਨਾਲ ਮੈਂ ਜਿੱਦਾ ਰਿਹਾ ਹਾਂ, ਅਤੇ ਇਹਨਾਂ ਨੇ ਦੇਖਣਾ ਆ ਹਰਜੀਤ ਸੰਧੂ ਕਿਸ ਕਿਰਦਾਰ ਦਾ ਬੰਦਾ ਆ, ਅਤੇ ਕਰਤਾਰ ਕਿਸ ਕਿਰਦਾਰ ਦਾ ਬੰਦਾ ਆ, ਔਰ ਅਗਨੀ ਹਨੋਤਰੀ ਜੀ ਉਹ ਕਿੱਦਾਂ ਦੇ ਬੰਦੇ ਆ, ਉਹਨਾਂ ਨੇ ਫੈਸਲਾ ਕਰਨਾ ਆ। ਮੈਨੂੰ ਪੂਰੀ ਉਮੀਦ ਆ ਕਿ ਉਹ ਲੋਕ ਮੈਨੂੰ ਪਿਆਰ ਕਰਦੇ ਆ, ਲੋਕ ਮੈਨੂੰ ਉਹਨਾਂ ਨਾਲ ਮੁਕਾਬਲਾ ਕਰਕੇ ਦੇਖਣਗੇ ਕਿ ਇਹ ਕਿਸ ਤਰ੍ਹਾਂ ਦਾ ਆ। ਮੈਨੂੰ ਉਹਨਾਂ 'ਤੇ ਪੂਰਾ ਆਸ ਆ ਕਿ ਉਹਨਾਂ ਨੇ ਮਨ ਬਣਾਇਆ ਹੋਇਆ ਆ, ਜਿੱਥੇ ਵੀ ਜਾਂਦੇ ਆ ਉੱਥੇ ਹੀ ਲੋਕ ਕਹਿੰਦੇ ਆ ਐਤਕੀ ਪਹਿਲਵਾਨ ਜੀ ਤੁਸੀਂ ਵਧਾਈਆਂ ਲਈ ਜਾਓ, ਵਧਾਈਆਂ ਲਈ ਜਾਓ, ਵਧਾਈਆਂ ਦੀ ਗੱਲ ਹੋ ਰਹੀ, ਹੋਰ ਕੋਈ ਗੱਲ ਕੀਤੀ ਨਹੀਂ ਕਦੀ ਕਿਸੇ ਨੇ। ਅਤੇ ਮੈਨੂੰ ਪੂਰੀ ਆਸ ਆ ਮੇਰੇ ਜੋ ਸਾਥੀ ਆ, ਮੇਰੇ ਜਿਹੜੇ ਨਾਲ ਵਰਕ ਕਰ ਰਹੇ ਆ, ਨਾਲ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਲੋਕ ਇਨਸਾਫ ਪਾਰਟੀ ਵਿੱਚ ਚੁੱਲੀ ਆ, ਹੋਰ ਪਾਰਟੀਆਂ ਵੀ ਸਾਡਾ ਸਾਥ ਦੇ ਰਹੀਆਂ ਆ। ਅਤੇ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਬਹੁਤ ਜੋ ਮਾਝੇ ਦੀ ਗੱਲ ਸੀ ਦੱਬਿਆ ਹੋਇਆ ਹੁਣ ਪੂਰਾ ਖੁੱਲ੍ਹ ਕੇ ਆ ਚੁੱਕਾ ਹੈ। ਪਹਿਲਵਾਨੀ ਵਾਲੇ ਜਿਹੜੇ ਦਾ ਚਿੱਤ ਕਰਨ ਵਾਲੇ ਲੱਗਣਗੇ ਜੀ?
ਸਾਡਾ ਸਿੱਧਾ ਹੀ ਕੰਮ ਹੈ ਜੀ, ਸੱਚ ਦੀ ਅਤੇ ਝੂਠ ਦੀ ਲੜਾਈ ਆ, ਅਤੇ ਸੱਚ ਹਮੇਸ਼ਾ ਜਿੱਤਦਾ ਆ, ਅਤੇ ਪਹਿਲਵਾਨ ਅਤੇ ਦਾ ਹੀ ਨਹੀਂ ਜਾਣਦੇ, ਦਾ ਮੇਰੀ ਇਹ ਜਨਤਾ ਆ, ਇਹ ਮੇਰੇ ਵੀਰ ਆ, ਇਹ ਦਾ ਮਾਰਨਗੇ ਅਤੇ ਇਹ ਸਾਡੇ 'ਚ ਪਾਵਰ ਦੇਣਗੇ। ਮੈਂ ਤਾਂ ਕਹਿੰਦਾ ਹੁੰਦਾ ਪੰਜਾਬ ਬਿਮਾਰ ਹੋ ਗਿਆ ਆ, ਕੇਜਰੀਵਾਲ ਜੀ ਆਏ ਨੇ, ਉਹਨਾਂ ਇੱਕ ਟੀਕਾ ਵੱਡਾ ਬਣਾਇਆ ਆ, ਅਤੇ ਵਿੱਚ ਦਵਾਈ ਅਸੀਂ ਪਾਉਣੀ ਆ, ਦਵਾਈ ਲੋਕਾਂ ਨੇ ਪਾਉਣੀ ਆ, ਕਿੰਨੀ ਕੁ ਭਰਦੇ ਆ, ਕਿੰਨਾ ਕੁ ਠੀਕ ਕਰਦੇ ਆ, ਇਹ ਇਹਨਾਂ 'ਤੇ ਛੱਡਿਆ ਆ। ਅਤੇ ਮੈਨੂੰ ਪੂਰੀ ਆਸ ਆ ਕਿ ਇਹ ਵੱਡਾ ਜਿਹੜਾ ਟੀਕਾ ਇਹਨਾਂ ਨੂੰ ਲੱਗ ਜਾਣਾ ਐਤਕੀ 4 ਤਰੀਕ ਨੂੰ, ਔਰ ਸਾਡਾ ਪੰਜਾਬ ਖੁਸ਼ਹਾਲ ਹੋ ਜਾਊਗਾ। ਇਲਾਕਾ ਨਸ਼ੇ ਲਈ ਬਹੁਤ ਬਦਨਾਮ ਆ, ਸ਼ਰਾਬ ਬਹੁਤ ਪਿੰਡਾਂ ਦੇ ਵਿੱਚ ਦੱਸਿਆ ਜਾਂਦਾ ਕਿ ਵੱਡੀ ਪੱਧਰ 'ਤੇ ਕੱਢੀ ਜਾਂਦੀ ਆ, ਉਹ ਤੋਂ ਇਲਾਵਾ ਜਿਹੜਾ ਚਿੱਟਾ ਆ ਉਹਦਾ ਕਾਫੀ ਇੱਥੇ ਚੱਲਣ ਰਿਹਾ। ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਹੋਰ ਅਹਿਮ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਡੀ ਨਜ਼ਰ 'ਚ ਆਈਆਂ ਨੇ, ਲੋਕਾਂ ਨੇ ਤੁਹਾਨੂੰ ਦੱਸੀਆਂ ਨੇ ਕਿ ਕਿਹੜੀ ਕਿਹੜੀ ਗੱਲ ਤੋਂ ਲੋਕ ਜਿਹੜੇ ਨੇ ਉਹ ਉਦਾਸ ਨੇ, ਨਿਰਾਸ਼ ਨੇ ਜਾਂ ਹਤਾਸ਼ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ, ਅਤੇ ਜਦੋਂ ਤੁਸੀਂ ਤੁਹਾਡੀ ਪਾਰਟੀ ਤਾਕਤ 'ਚ ਆਉਂਦੀ ਆ ਅਤੇ ਫਿਰ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਸੁਲਝਾਉਣ ਲਈ ਕੋਈ ਜਿਹੜੇ ਉਪਰਾਲੇ ਆ ਉਹ ਕਰੋਗੇ? ਇਹ ਤਰਨ ਤਾਰਨ ਜ਼ਿਲ੍ਹਾ ਬਣੇ ਨੂੰ 12 ਸਾਲ ਹੋ ਗਿਆ, ਇਹਦੇ ਵਿੱਚ ਜ਼ਿਲ੍ਹੇ ਨਾਲ ਦੀ ਸੁਵਿਧਾ ਕੋਈ ਵੀ ਨਹੀਂ ਗੀ, ਔਰ ਇੱਥੇ ਗੰਦੇ ਨਾਲੇ ਆ, ਉਹਦੇ ਵਿੱਚ ਸਾਰੇ ਸ਼ਹਿਰ ਦਾ ਪਾਣੀ ਪੈਂਦਾ ਆ, ਗੰਦਾ ਪਾਣੀ, ਲੋਕ ਉੱਥੋਂ ਬਿਮਾਰੀਆਂ ਫੈਲਦੀਆਂ ਆ। ਇਹ ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਧਰਤੀ ਆ, ਲੇਕਿਨ ਇਹਨੂੰ ਇਹਨਾਂ ਨੇ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਇੱਥੇ ਬਦੂਆਂ ਬਿਮਾਰੀਆਂ ਫੈਲੀਆਂ ਹੋਈਆਂ ਆ। ਔਰ ਮੈਂ ਜ਼ਿਆਦਾ ਬਾਰਡਰ 'ਤੇ ਦੇਖਿਆ ਜਾ ਕੇ ਉੱਥੇ ਬੇਰੁਜ਼ਗਾਰੀ ਆ, ਇੱਥੇ ਵੀ ਸ਼ਹਿਰ ਦੇ ਵਿੱਚ ਵੀ ਨਸ਼ਾ ਚਿੱਟਾ ਕੀ ਦਾਰੂ 'ਤੇ ਬਹੁਤ ਦੂਰ ਦੀਆਂ ਗੱਲਾਂ ਆ, ਜਿਨ੍ਹਾਂ ਦੇ ਨਾਂ ਅਸੀਂ ਸੁਣੇ ਵੀ ਨਹੀਂ ਗਏ। ਇਹ ਹੁਣ ਅਕਾਲੀ ਅਕਾਲੀਆਂ ਗੌਰਮੈਂਟਾਂ ਦੇ ਜਾਂ ਪਹਿਲਾਂ ਕਾਂਗਰਸ ਨੇ ਸੁਣਾਉਣਾ ਸ਼ੁਰੂ ਕੀਤਾ ਸੀ, ਇਹਨਾਂ ਨੇ ਆਪਣੇ ਬਿਜ਼ਨਸ ਬਣਾ ਲਏ, ਇਹਨਾਂ ਨੇ ਆਪਣੇ ਬਿਜ਼ਨਸ ਬਣਾ ਲਏ ਆ, ਕਿਉਂਕਿ ਇਹ ਜਿਹੜਾ ਚਿੱਟੇ ਦਾ ਦੱਸਦੇ ਆ ਕਰੋੜ ਰੁਪਈਆ ਕਿਲੋ ਦਾ ਮੁੱਲ ਆ, ਅਤੇ ਇਹਨਾਂ ਨੂੰ ਸੌਖਾ ਆ, ਲੇਕਿਨ ਇਹਨਾਂ ਨੇਸ਼ਨ ਦਾ ਕੁਛ ਨਹੀਂ ਵੇਖਿਆ ਕਿ ਨੇਸ਼ਨ ਬਰਬਾਦ ਹੁੰਦੀ ਆ ਕਿ ਨਹੀਂ, ਕੀ ਹੁੰਦਾ ਆ, ਲੇਕਿਨ ਇਹਨਾਂ ਆਪਣੇ ਬਿਜ਼ਨਸ ਨੂੰ ਬਣਾ ਲਏ, ਔਰ ਇਹਦੇ ਵਿੱਚ ਐਜੂਕੇਸ਼ਨ ਇਹਨਾਂ ਨੇ ਖੋਲ੍ਹੀ ਆ, ਮਤਲਬ ਇਹਨਾਂ ਨੇ ਪੰਜਾਬ ਨੂੰ ਇਹੋ ਜਿਹਾ ਬਣਾ ਤਾ, ਸਾਡੇ ਬਾਰਡਰ ਨੂੰ ਪੁੱਛੋ ਬਹੁਤ ਮਾੜਾ ਵਾਲਿਆ, ਮਹਿੰਗਾਈ ਇੰਨੀ ਹੋ ਗਈ, ਰੋਟੀ ਖਾਣੀ ਔਖੀ ਲੋਕਾਂ ਦੀ ਹੋਈ ਆ, ਜਦੋਂ ਪਿੰਡਾਂ 'ਚ ਜਾਈਦਾ ਆ ਲੋਕਾਂ ਦੇ ਬਿਮਾਰਾਂ ਦੇ ਬੈੱਡ ਸੋਲ ਹੋਏ ਆ, ਅਤੇ ਵੇਖ ਕੇ ਇੰਨਾ ਦੁੱਖ ਹੁੰਦਾ ਆ ਕਿ ਅਸੀਂ ਕਿਹੜੇ ਪੰਜਾਬ 'ਚ ਰਹਿ ਰਹੇ ਹਾਂ। ਜੀ ਪਲਾਂ ਜੀ, ਤੁਸੀਂ ਸਾਰੇ ਹਿੰਦੁਸਤਾਨ ਦਾ ਨਾਂ ਦੁਨੀਆ ਭਰ 'ਚ ਰੋਸ਼ਨ ਕੀਤਾ ਹੈ, ਤੁਹਾਡੇ ਬਾਰੇ ਕਿਸੇ ਨੂੰ ਕੋਈ ਭੁੱਲ ਨਹੀਂ ਹੈ, ਤੁਸੀਂ ਬਹੁਤ ਮੱਲਾਂ ਮਾਰੀਆਂ ਨੇ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇੱਥੋਂ ਵੀ ਵੱਡੀ ਜਿੱਤ ਪ੍ਰਾਪਤ ਕਰੋਗੇ। ਪਰ ਵਿਕਾਸ ਦੇ ਨਾਂ 'ਤੇ ਕਹਿੰਦੇ ਨੇ ਅਕਾਲੀ ਦਲ ਵਾਲੇ ਇਸ ਵਾਰ ਅਸੀਂ ਇਲੈਕਸ਼ਨ ਲੜ ਰਹੇ ਹਾਂ, ਅਤੇ ਤਰਨ ਤਾਰਨ ਦਾ ਵਿਕਾਸ ਦਾ ਹਾਲ ਅਸੀਂ ਸਵੇਰ ਦਾ ਵੇਖ ਰਹੇ ਹਾਂ, ਬਾਰਿਸ਼ ਵਿੱਚ ਗੋਡੇ ਗੋਡੇ ਚਿੱਕੜ ਹੈ, ਜਿੱਥੇ ਅਸੀਂ ਹੁਣ ਵੀ ਬੈਠੇ ਹਾਂ ਮੈਰਿਜ ਪੈਲੇਸ ਦੇ ਬਾਹਰ, ਉਹਦੇ ਬਾਹਰ ਖੜ੍ਹੇ ਹੋਣ ਜੋਗੀ ਜਗ੍ਹਾ ਨਹੀਂ ਹੈ। ਮੈਂ ਆਪਣੇ ਕੈਮਰਾ ਵੀਰ ਨੂੰ ਕਹੂੰਗਾ, ਕੈਮਰਾਮੈਨ ਨੂੰ, ਕਿ ਜਾਂਦੇ ਹੋਏ ਉਹਦੇ ਥੋੜ੍ਹੀ ਜਿਹਾ ਜ਼ਰੂਰ ਰਿਕਾਰਡਿੰਗ ਲੈ ਕੇ ਨਾਲ ਤੁਹਾਡੀ ਇਸ ਦੇ ਅਸੀਂ ਭੇਜ ਸਕੀਏ। ਵਿਕਾਸ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਕਿਸ ਤਰ੍ਹਾਂ ਦਾ ਵਿਕਾਸ ਇੱਥੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕਰਾਇਆ? ਵਿਕਾਸ ਇਹਨਾਂ ਨੇ ਆਪਣੇ ਵਿਕਾਸ ਕੀਤੇ ਆ, ਇਹਨਾਂ ਨੇ ਦੋ ਪਰਿਵਾਰ ਰਲੇ ਆ ਜਾਂ 3 ਪਰਿਵਾਰ ਰਲੇ ਆ, ਇਹਨਾਂ ਨੇ ਆਪਣੇ ਵਿਕਾਸ ਕੀਤੇ ਆ, ਲੋਕਾਂ ਦਾ ਕੋਈ ਵਿਕਾਸ ਨਹੀਂ ਗਾ। ਲੋਕਾਂ ਨੂੰ ਚਾਹੀਦੀ ਹੈ ਇੰਡਸਟਰੀ, ਲੋਕਾਂ ਨੂੰ ਚਾਹੀਦੀ ਹੈ ਜੋਬ, ਲੋਕਾਂ ਨੂੰ ਚਾਹੀਦਾ ਰੁਜ਼ਗਾਰ, ਲੋਕਾਂ ਨੂੰ ਚਾਹੀਦੀ ਹੈ ਯੂਨੀਵਰਸਿਟੀਆਂ, ਲੋਕਾਂ ਨੂੰ ਚਾਹੀਦੇ ਆ ਕਾਲਜ, ਲੋਕਾਂ ਨੂੰ ਚਾਹੀਦੇ ਵੱਡੇ ਵੱਡੇ ਜਿਹੜੇ ਇੱਥੇ ਸਰਚਾਂ ਕਰਨ, ਹੋਸਪਿਟਲ, ਸਾਨੂੰ ਇਹੋ ਜਿਹੇ ਵਿਕਾਸ ਚਾਹੀਦੇ। ਇਹਨਾਂ ਨੇ ਸਾਨੂੰ ਸਿਰਫ ਗਲੀਆਂ ਨਾਲੀਆਂ ਤੱਕ ਰੱਖਿਆ, ਉਹ ਵੀ ਜਦੋਂ ਇਹਨਾਂ ਦੀ ਇਲੈਕਸ਼ਨ ਦੁਬਾਰਾ ਹੋਣੀ ਹੁੰਦੀ ਆ ਉਦੋਂ ਉਹਨਾਂ ਨੂੰ ਚੇਤਾ ਆਉਂਦਾ। ਐਤਕੀ ਆਮ ਆਦਮੀ ਪਾਰਟੀ ਦਾ ਡਰ ਪੈ ਗਿਆ ਇਹਨਾਂ ਨੂੰ, ਅਤੇ ਇਹਨਾਂ ਨੇ ਥੋੜ੍ਹਾ ਬਹੁਤਾ ਗਲੀਆਂ ਤੱਕ ਸੀਮਤ ਹੋਏ, ਪੱਟ ਦੀਆਂ ਗਲੀਆਂ ਉਹਨੂੰ ਬਣਾਇਆ ਤਾਂ ਕੀ, ਉਹਨੂੰ ਪੱਟਤੀਆਂ, ਸਾਨੂੰ ਹੋਰ ਦੁਖੀ ਕਰਤਾ। ਅਤੇ ਇਹਨਾਂ ਨੇ ਪਹਿਲਾਂ ਮੋਦੀ ਸਰਕਾਰ ਨੇ ਇਹੋ ਜਿਹੇ ਚੰਗੇ ਭਲੇ ਲੋਕ ਵੀ ਭੁੱਖੇ ਮਾਰਤੇ ਲਾਈਨਾਂ 'ਚ ਖੜ੍ਹੇ ਕਰਕੇ, ਅਤੇ ਬਹੁਤ ਸਾਡਾ ਨੁਕਸਾਨ ਹੋਇਆ, ਜਿਹੜੇ ਕੁਛ ਦੱਸ ਨਹੀਂ ਸਕਦੇ ਕੋਈ, ਇੰਨਾ ਇਹਨਾਂ ਨੇ ਸਾਡੇ ਪੰਜਾਬ ਦਾ ਖਾਸ ਕਰਕੇ ਨੁਕਸਾਨ ਕੀਤਾ ਆ। ਇਹ ਬਾਰਡਰ ਏਰੀਏ ਨੂੰ ਤਾਂ ਇਹਨਾਂ ਸਮਝਿਆ ਹੀ ਕੁਛ ਨਹੀਂ, ਕਦੀ ਉੱਧਰ ਕੋਈ MLA ਜਾਂ ਹੋਰ ਕੋਈ ਬੰਦਾ ਗਿਆ ਹੀ ਨਹੀਂ ਗਾ, ਵਿਕਾਸ ਦੀ ਤਾਂ ਗੱਲ ਬਹੁਤ ਦੂਰ ਆ ਜੀ। ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ, ਤੁਹਾਡਾ ਮੁਕਾਬਲਾ ਅਕਾਲੀ ਦਲ ਦੇ ਹਰਮੀਤ ਸੰਧੂ ਨਾਲ ਹੈ ਜਾਂ ਫਿਰ ਕਾਂਗਰਸ ਦੇ ਧਰਮਵੀਰ ਅਗਨੀਹੋਤਰੀਆਂ ਨਾਲ? ਜਿਹੜਾ ਵੀ ਮੈਦਾਨ 'ਚ ਆ ਗਿਆ, ਅਸੀਂ ਪਹਿਲਵਾਨੀ ਦੇ ਤੌਰ 'ਤੇ ਜਿਹੜਾ ਵੀ ਮੈਦਾਨ 'ਚ ਆ ਗਿਆ ਉਹਨੂੰ ਅਸੀਂ ਢਾਉਣਾ, ਕਿੱਦਾਂ ਢਾਉਣਾ ਮੁਕਾਬਲੇ 'ਚ, ਅਤੇ ਲੇਕਿਨ ਅਸੀਂ ਐਤਕੀ ਜਨਤਾ ਨੇ ਢਾਉਣਾ ਆ, ਜਨਤਾ ਨੂੰ ਪਤਾ ਆ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ, ਇੱਕ ਪਾਸੇ ਕਰਤਾਰ ਆ, ਇੱਕ ਪਾਸੇ ਹਰਮੀਤ ਸੰਧੂ ਆ, ਅਤੇ ਇੱਕ ਪਾਸੇ ਅਗਨੀਹੋਤਰੀ ਜੀ ਆ, ਇਹ ਹੁਣ ਚੁਣਨਾ ਉਹਨਾਂ ਨੇ ਆ। ਅਤੇ ਮੈਨੂੰ ਪੂਰੀ ਉਮੀਦ ਆ ਕਿ ਜਿਹੜੇ ਇਹ ਜਿਹੜੇ ਇਹਨਾਂ ਨੇ ਹਰਮੀਤ ਸੰਧੂ ਨੇ ਕੰਮ ਕੀਤੇ ਆ ਜਾਂ ਅਗਨੀਹੋਤਰੀ ਜੀ ਨੇ ਕੰਮ ਕੀਤੇ ਆ, ਅਤੇ ਕਰਤਾਰ ਸ਼ੁਰੂ ਤੋਂ ਲੈ ਕੇ ਇਹਨਾਂ ਦਾ ਆਪਣਾ ਕਰਤਾਰ ਆ, ਆਪਣੇ ਇਲਾਕੇ ਦਾ ਕਰਤਾਰ ਆ, ਇਹ ਪਹਿਲਵਾਨ ਕਰਕੇ ਮੈਨੂੰ ਪਿਆਰ ਕਰਦੇ ਰਹੇ, ਹੁਣ ਲੀਡਰ ਮੈਨੂੰ ਬੁਲਾਉਣਗੇ, ਮੈਨੂੰ
MLA ਬਣਾਉਣਗੇ, ਸਿਹਤ ਮੰਤਰੀ ਬਣਨਗੇ ਅਤੇ ਇਹ ਹੋਣਗੇ, ਇਹ ਹਰ ਇੱਕ ਨੂੰ ਹੱਕ ਆਪਣਾ ਮਿਲੂਗਾ ਜਗ੍ਹਾ ਜਗ੍ਹਾ ਜਗੂੰ। ਇੱਦਾਂ ਨਹੀਂ ਗਾ ਪਾੜੇ ਨਹੀਂ ਪਾਏ ਜਾਣਗੇ, ਪਾੜੋ ਰਾਜ ਨਹੀਂ ਕਰਾਂਗੇ, ਹਰ ਇੱਕ ਨੂੰ ਜੋ ਮਿਲਣਾ ਚਾਹੀਦਾ ਹੈ ਉਹਨੂੰ ਉਹਦੀ ਹੱਕ ਮਿਲਣਾ ਚਾਹੀਦਾ ਹੈ। ਕੋਈ ਦੋ ਜਾਂ ਤਿੰਨ ਮੁੱਦੇ ਜਿਹੜੇ ਤੁਸੀਂ ਜਿੱਤਣ ਤੋਂ ਬਾਅਦ ਜਿਹੜੇ ਇਸ ਇਲਾਕੇ ਦੇ ਪਹਿਲ ਦੇ ਆਧਾਰ 'ਤੇ ਸੋਲਵ ਕਰਨੇ ਚਾਹੋਗੇ, ਜਿਹੜੀਆਂ ਸਮੱਸਿਆਵਾਂ ਤੁਹਾਨੂੰ ਲੋਕ ਦੱਸ ਰਹੇ ਨੇ, ਸਭ ਤੋਂ ਵੱਡੀਆਂ ਜਿਹੜੀਆਂ ਦੋ ਤਿੰਨ ਸਮੱਸਿਆਵਾਂ ਤੁਸੀਂ ਮਹਿਸੂਸ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਪੈਂਦੀ ਸੱਟੇ ਹੀ ਜਾ ਕੇ ਠੀਕ ਕਰਨਾ ਚਾਹੋਗੇ, ਉਹ ਕਿਹੜੀਆਂ ਕਿਹੜੀਆਂ ਨੇ? ਬਿਲਕੁਲ ਜੀ, ਇੱਕ ਤਾਂ ਐਜੂਕੇਸ਼ਨ ਬੱਚਿਆਂ ਦਾ ਜਿਹੜਾ ਹੈਗੀ ਆ ਇਹ ਬਹੁਤ ਜ਼ਰੂਰੀ ਆ। ਇੱਕ ਹੈਲਥ ਜਿਹੜੀ ਆ ਇਹ ਜਿਹੜੀ ਆ ਦਿੱਲੀ 'ਚ ਅਸੀਂ ਕਰਕੇ ਦਿਖਾਇਆ ਆ ਸਾਡੀ ਪਾਰਟੀ ਨੇ, ਉਹ ਦਵਾਈਆਂ ਫਰੀ ਹੋਣੀਆਂ ਚਾਹੀਦੀਆਂ, ਮੈਡੀਕਲ ਫਰੀ ਹੋਣਾ ਚਾਹੀਦਾ, ਹਰ ਇੱਕ ਪਿੰਡ 'ਚ ਸਹੂਲਤ ਹੋਣੀ ਚਾਹੀਦੀ ਆ। ਅਤੇ ਦੂਸਰਾ, ਮੈਂ ਸਪੋਰਟਸਮੈਨ ਆ, ਸਾਡੀਆਂ ਗਰਾਊਂਡਾਂ ਭਰੀਆਂ ਹੋਣੀਆਂ ਚਾਹੀਦੀਆਂ ਖਿਡਾਰੀਆਂ ਨਾਲ, ਅਸੀਂ ਉਹਨਾਂ ਨੂੰ ਵੇਖੀਏ ਔਰ ਯੂਥ ਸਾਡਾ ਕੰਮ ਮਜ਼ਬੂਤ ਹੋ ਗਿਆ ਅਤੇ ਸਾਡਾ ਪੰਜਾਬ ਮਜ਼ਬੂਤ ਹੋ ਗਿਆ। ਜੀ ਭਲਵਾਨ ਜੀ, ਆਮ ਆਦਮੀ ਪਾਰਟੀ ਵੱਲ ਜਿਹੜੇ NRI ਨੇ, ਵਿਦੇਸ਼ਾਂ 'ਚ ਬੈਠੇ ਹੋਏ ਸਾਡੇ ਵੀਰ ਨੇ, ਪ੍ਰਵਾਸੀ ਨੇ, ਉਹ ਬੜੀਆਂ ਉਮੀਦਾਂ ਨਾਲ ਇੱਧਰ ਤੱਕ ਰਹੇ ਨੇ ਔਰ ਬੜੇ ਦਿਲੋਂ ਹੋ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਨੇ, ਕਿਉਂਕਿ ਉਹਨਾਂ ਦੀਆਂ ਇੱਥੇ ਜਾਇਦਾਦਾਂ ਨੇ, ਇੱਥੇ ਪਰਿਵਾਰ ਨੇ। ਇੱਕ ਪਾਸੇ ਕਾਂਗਰਸ ਵਾਲੇ ਅਤੇ ਅਕਾਲੀ ਦਲ ਵਾਲੇ ਸ਼ਿਕਾਇਤਾਂ ਕਰ ਰਹੇ ਨੇ ਕਿ ਜਿਹੜੇ NRI 67,000 ਬਾਹਰੋਂ ਆਏ ਇਹਨਾਂ ਨੂੰ ਪੰਜਾਬ 'ਚੋਂ ਬਾਹਰ ਕੱਢਿਆ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਕੋਲੋਂ ਇੱਕ ਵੱਡੀ ਉਮੀਦ ਲਈ ਕਿ ਉਹ ਲੋਕ ਇੱਥੇ ਆਏ ਨੇ ਅਤੇ ਬਾਹਰ ਬੈਠੇ ਵੀ ਸਾਰੇ ਲੋਕ ਜਿਹੜੇ ਨੇ ਇਹ ਉਮੀਦ ਪਾਲ ਰਹੇ ਨੇ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਸਾਡੇ ਜਿਹੜੇ ਬਹੁਤ ਸਾਰੇ ਮਸਲੇ ਨੇ, NRI ਦੇ ਬਹੁਤ ਸਾਰੇ ਇੱਥੇ ਮਸਲੇ ਨੇ, ਇੱਥੇ ਜਾਇਦਾਦਾਂ ਦੇ ਕਬਜ਼ੇ ਕੀਤੇ ਜਾਂਦੇ ਨੇ, ਉਹਨਾਂ ਨਾਲ ਧੱਕੇ ਹੁੰਦੇ ਨੇ, ਝੂਠੇ ਪਰਚੇ ਕੀਤੇ ਜਾਂਦੇ ਨੇ, ਤੁਸੀਂ ਉਹ ਜਦੋਂ ਪਾਵਰ 'ਚ ਆਓਗੇ ਤਾਂ NRI ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਕਿਸ ਆਧਾਰ 'ਤੇ ਲਓਗੇ? ਬਿਲਕੁਲ ਜੀ, NRI ਸਾਡੇ ਪਰਿਵਾਰ ਹੀ ਆ, ਸਾਡੇ ਉਹ ਜਿਹੜੇ ਉੱਥੇ ਰਹਿੰਦੇ ਆ ਉਹ ਤਾਂ ਸਾਡੀ ਹਮੇਸ਼ਾ ਮਦਦ ਕਰਦੇ ਆ, ਹੱਸਦਾ ਖੇਡਦਾ ਪੰਜਾਬ ਵੇਖਣਾ ਚਾਹੁੰਦੇ ਆ। ਸਪੋਰਟਸ ਦੇ ਮੈਂ ਜ਼ਰੀਏ ਕਈ ਵਾਰ ਮੈਂ ਸਪੋਰਟਸਾਂ ਕਰਾਈਆਂ, NRI ਮਦਦ ਕਰਦੇ ਆ ਔਰ ਉਹਨਾਂ ਨੂੰ ਖਿੱਚਿਆ ਸਾਡੇ ਪੰਜਾਬ ਦਾ, ਇਹ ਹਾਲ ਉਹ ਵੇਖ ਕੇ ਉਹ ਦੁਖੀ ਹੁੰਦੇ ਆ ਅਤੇ ਇਸ ਕਰਕੇ ਉਹ ਸਾਥੋਂ ਥੋੜ੍ਹੇ ਐਡਵਾਂਸ ਕੰਟਰੀ 'ਚ ਆ ਅਤੇ ਉਹਨਾਂ ਨੂੰ ਸੋਚ ਬਦਲੀ ਆ। 70,000 ਸਾਡੇ ਯੂਥ ਆਇਆ ਆ ਆਪਣੇ ਇੱਕ ਇੱਕ ਮਹੀਨੇ ਦੀ ਛੁੱਟੀ ਲੈ ਕੇ, ਉਹਨਾਂ ਕਰੋੜਾਂ ਰੁਪਈਆਂ ਦਾ ਇਹ ਜਿਹੜਾ ਯੋਗਦਾਨ ਆ ਜਿਹੜਾ ਆਪਣੀ ਛੁੱਟੀਆਂ ਲੈ ਕੇ ਆਏ ਆ ਔਰ ਪੰਜਾਬ ਨੂੰ ਬਚਾਉਣ ਦੀ ਖਾਤਰ ਉਹ ਆਏ ਨੇ। ਅਸੀਂ ਦਾਅਵੇ ਨਾ ਕਵਾਂਗੇ, ਮੈਂ ਕਹਿ ਸਕਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਜੋ ਉਹਨਾਂ ਨੇ ਸੋਚ ਸੋਚੀ ਆ, ਅਸੀਂ ਉਹਨਾਂ ਦੀਆਂ ਸੋਚਾਂ 'ਤੇ ਪੂਰਾ ਉਤਰਾਂਗੇ। ਹਰ ਇੱਕ ਆਦਮੀ ਨੂੰ ਬੋਲਣ ਦਾ ਅਧਿਕਾਰ ਹੋਊਗਾ, ਹਰ ਇੱਕ ਨੂੰ ਆਪਣੇ ਹੱਕ ਦੀ ਲੜਨ ਦਾ ਅਧਿਕਾਰ ਹੋਊਗਾ। ਜੋ ਉਹਨੂੰ ਸੁਵਿਧਾ ਮਿਲਣੀ ਚਾਹੀਦੀ ਆ ਆਪਣੇ ਆਪ ਮਿਲਣੀ ਚਾਹੀਦੀ ਆ, ਸਾਡੇ ਸਿਸਟਮ ਬਣੇ ਆ ਉੱਦਾਂ ਵੀ ਮਿਲਣਾ ਚਾਹੀਦਾ ਆ। ਅਦਰਵਾਈਜ਼ ਇਹ ਨਹੀਂ ਅਸੀਂ ਇਹਨੂੰ ਦੇ ਦਿਓ ਅਤੇ ਇਹਨੂੰ ਮਾਰ ਦਿਓ ਅਤੇ ਇਹਨੂੰ ਜਵਾ ਦਿਓ ਅਤੇ ਇਹਨੂੰ ਅੰਦਰ ਕਰਾ ਦਿਓ, ਇਹ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਭੇਦਭਾਵ ਨਹੀਂ ਹੋਊਗਾ। ਆਮ ਆਦਮੀ ਪਾਰਟੀ ਦੇ ਨੇਤਾ ਵਾਰ ਵਾਰ ਕਹਿੰਦੇ ਨੇ ਜੀ ਜਦੋਂ ਅਸੀਂ ਪਾਵਰ 'ਚ ਆਵਾਂਗੇ ਤਾਂ ਇਹਨਾਂ ਸਾਰਿਆਂ ਨੂੰ ਜਿਹਨਾਂ ਨੇ ਧੱਕੇ ਕੀਤੇ ਆ ਜੇਲ੍ਹਾਂ 'ਚ ਸੁੱਟਾਂਗੇ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਇਸ ਤਰ੍ਹਾਂ ਕਿਤੇ ਧੱਕੇਸ਼ਾਹੀ ਨਾਲ ਕਿਤੇ ਕੁਝ ਇਹੋ ਜਿਹੇ ਲੋਕ ਵੀ ਜਿਹੜੇ ਆ ਉਹ ਉਹਨਾਂ ਨੂੰ ਸਜ਼ਾਵਾਂ ਮਿਲ ਸਕਦੀਆਂ ਜਾਂ ਉਹਨਾਂ ਨਾਲ ਵੀ ਵਧੀਕੀ ਹੋ ਸਕਦੀ ਆ ਜਿੱਦਾਂ ਪਹਿਲੀਆਂ ਸਰਕਾਰਾਂ ਜਿਹੜੀਆਂ ਦੂਜਿਆਂ ਨਾਲ ਵਧੀਕੀ ਕਰਦੀਆਂ ਆਈਆਂ ਨੇ? ਨਹੀਂ ਜੀ, ਨਹੀਂ, ਬਿਲਕੁਲ ਨਹੀਂ। ਅਸੀਂ ਜਿਹੜੇ ਗੁਨਾਹਗਾਰੀ ਕੀਤੀ ਆ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਜਿਹੜੇ ਇਹਨਾਂ ਨੇ ਨਜਾਇਜ਼ ਪਰਚੇ ਕੀਤੇ ਆ, ਸਭ ਤੋਂ ਪਹਿਲਾਂ ਤਾਂ ਅਸੀਂ ਉਹ ਅਸੀਂ ਉਹਨਾਂ ਨੂੰ ਜਿਹੜੇ ਖਤਮ ਕਰਨੇ ਆ, ਕਿਉਂਕਿ ਸਾਨੂੰ ਪਤਾ ਆ ਸਾਡੇ ਵਿੱਚ ਇਹਨਾਂ ਨੇ ਪਰਚੇ ਕਰਕੇ ਕੋਰਟੂ ਨਹੀਂ ਕੀਤੇ, ਆਪਣੇ ਕੋਲ ਰੱਖੇ ਉਹਨਾਂ ਨੂੰ ਲੋਕਾਂ ਨੂੰ ਡਰਾਉਣ ਲਈ ਕਿ ਅਸੀਂ ਤੁਹਾਡੀ ਧੌਣ 'ਤੇ ਛੁਰਾ ਰੱਖਿਆ ਆ, ਮਾਰਨਾ ਉਦੋਂ ਆ ਤੁਸੀਂ ਜੋ ਗਲਤੀ ਕਰੋਗੇ ਅਤੇ ਉਹਨਾਂ ਨੂੰ ਡਰਾਇਆ ਹੋਇਆ ਇਹਨਾਂ ਸੀ। ਹੁਣ ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਆ ਕਿ ਜਿਹੜੇ ਤੁਹਾਡੇ ਝੂਠੇ ਪਰਚੇ ਆ ਸਾਰੇ ਵਾਪਸ ਹੋਣਗੇ, ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ। ਉਹਨਾਂ ਦੇ ਵੱਡੇ ਵੱਡੇ ਕਾਰੋਬਾਰ ਬਣਾਏ ਆ, ਅਰਵਿੰਦ ਕੇਜਰੀਵਾਲ ਜੀ ਨੇ ਐਲਾਨ ਕੀਤਾ ਹੋਇਆ ਆ ਕਿ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਸਾਡੇ ਪ੍ਰੋਗਰਾਮ ਜੀ ਯੂਰਪ ਦੇ ਵਿੱਚ ਅਤੇ ਨੌਰਥ ਅਮੈਰੀਕਾ ਵਿੱਚ ਤੁਸੀਂ ਜਾਣਦੇ ਹੋ ਦੇਖੇ ਜਾਂਦੇ ਆ, ਉੱਥੋਂ ਵਾਲੇ ਜਿਹੜੇ ਭੈਣ ਭਰਾ ਨੇ ਉਹਨਾਂ ਵਾਸਤੇ ਅਤੇ ਆਪਣੇ ਵੋਟਰਾਂ ਵਾਸਤੇ ਤੁਸੀਂ ਕੀ ਕੋਈ ਸੰਦੇਸ਼ ਦੇਣਾ ਚਾਹੋਗੇ? ਬਸ ਮੈਂ ਤਾਂ ਇਹੋ ਹੀ ਬੇਨਤੀ ਕਰਦਾ, ਜੋ ਉਹਨਾਂ ਨੇ ਬੀੜਾ ਚੁੱਕਿਆ ਆ ਉਹਨੂੰ ਕਾਮਯਾਬ ਹੋ ਜਾਊਗਾ, ਅਸੀਂ ਪੂਰਾ ਆਸ਼ਵਾਸਨ ਦਿੰਦੇ ਹਾਂ। ਔਰ ਜੋ ਉਹ ਸੋਚਦੇ ਆ ਜਿੱਦਾਂ ਦਾ ਪੰਜਾਬ ਹੋਵੇ, ਖੁਸ਼ਹਾਲ ਪੰਜਾਬ ਹੋਵੇ, ਹੱਸਦਾ ਖੇਡਦਾ ਪੰਜਾਬ ਹੋਵੇ, ਅਸੀਂ ਉਹ ਉਹਦੇ ਅਸੀਂ ਆਪਣਾ ਉਹਦੇ ਵਿੱਚ ਕੋਈ ਵਿੱਚ ਨਹੀਂ ਰੱਖਾਂਗੇ, ਕੋਈ ਕੋਸ਼ਿਸ਼ ਨਹੀਂ ਛੱਡਾਂਗੇ, ਕੋਈ ਕਮੀ ਨਹੀਂ ਛੱਡਾਂਗੇ। ਦਿਨ ਰਾਤ ਮਿਹਨਤ ਕਰਕੇ ਅਸੀਂ ਉਹ ਪੰਜਾਬ ਨੂੰ ਉੱਦਾਂ ਦਾ ਬਣਾਵਾਂਗੇ ਜਿੱਦਾਂ ਦਾ ਉਹ ਵੇਖਣਾ ਚਾਹੁੰਦੇ, ਹੱਸਦਾ ਖੇਡਦਾ। ਜੀ ਭਲਵਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਮਿਹਰਬਾਨੀ ਜੀ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ, ਇਹ ਸਨ ਜੀ ਪਹਿਲਵਾਨ ਕਰਤਾਰ ਸਿੰਘ, ਜਿਹੜੇ ਮਾਝੇ ਦੀ ਧੁਨੀ ਤਰਨ ਤਾਰਨ ਤੋਂ ਚੋਣ ਅਖਾੜੇ 'ਚ ਨੇ।
ਤੁਹਾਡੀ ਜਾਣੀ ਪਛਾਣੀ ਸ਼ਖਸੀਅਤ ਬਹੁਤ ਇਹਨਾਂ ਨੂੰ ਉਮੀਦਾਂ ਨੇ ਕਿ ਇੱਥੇ ਜਦੋਂ ਪਾਵਰ 'ਚ ਆਉਣਗੇ ਤਾਂ ਇਸ ਇਲਾਕੇ ਦੀ ਨੁਹਾਰ ਬਦਲ ਦੇਣਗੇ, ਜਿਵੇਂ ਉਹਨਾਂ ਨੇ ਇੰਟਰਵਿਊ 'ਚ ਦੱਸਿਆ ਕਿ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਵਾਸਤੇ ਇਹ ਕੰਮ ਕਰਨਾ ਚਾਹੁੰਦੇ ਨੇ। ਅਸੀਂ ਆਸ ਕਰਦੇ ਹਾਂ ਕਿ ਇਹਨਾਂ ਨੂੰ ਕਾਮਯਾਬੀ ਮਿਲੇ ਅਤੇ ਇਹ ਅੱਗੇ ਆ ਕੇ ਇਸ ਇਲਾਕੇ ਦੀ ਨੁਹਾਰ ਬਦਲਣ ਦੇ ਵਿੱਚ ਜਿਹੜਾ ਆ ਉਹ ਆਪਣਾ ਯੋਗਦਾਨ ਦੇਣ। ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਤੁਹਾਨੂੰ ਪਹਿਲਵਾਨ ਹਿਰਾ ਨਾਲ ਕੀਤੀ ਸਾਡੀ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।